ਬਈ ਕਈ ਦਿਨਾ ਤੋਂ ਕੋਈ ਸਿਆਸੀ ਪਾਰਟੀਆਂ ਆਪਣੀ ਰਾਜਨੀਤਿਕ ਟੋਟੀਆਂ ਸੇਕ ਰਹੀਆਂ ਹਨ। ਔਰ ਪੰਜਾਬ ਦੇ ਪੱਖ ਦੇ ਮਸਲਿਆਂ ਨੂੰ ਲੈ ਕੇ ਉਹ ਪੰਜਾਬ ਸਰਕਾਰ ਦੇ ਉੱਪਰ ਠਿੱਕਰਾ ਫੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਔਰ ਸਾਨੂੰ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਣਾ ਦਿੱਲੀ ਦੇ ਭਾਜਪਾ ਅਗਵਾ ਨੂੰ ਖੋਜ ਕਰਨ ਵਾਸਤੇ ਔਰ ਉਹਨਾਂ ਦਾ ਨਵਾਂ ਨਵਾਂ ਗਠਬੰਧ ਜਿਹੜਾ ਟੁੱਟਿਆ ਉਹਨੂੰ ਦੁਬਾਰਾ ਜੋੜਨ ਵਾਸਤੇ ਉਹਨਾਂ ਦੀ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹ ਦੁਬਾਰਾ ਤੋਂ ਇਹ ਹੋ ਰਹੀਆਂ ਕਿ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਪਰੇ हट ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ بجائے ਪੰਜਾਬ ਦੀ ਪੈਰਵਾਈ ਕਰਨ ਦੀ بجائے ਉਹ ਕੇਂਦਰ ਸਰਕਾਰ ਦੀ ਦਲਾਲੀ ਤੇ ਕੇਂਦਰ ਸਰਕਾਰ ਨੂੰ ਬਚਾਉਣ ਵਾਸਤੇ ਚਾਹੇ ਸੁਖਬੀਰ ਬਾਦਲ ਹੈ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਗ ਆ ਔਰ ਉਹਨਾਂ ਦੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਜਣੀਆਂ ਨਲਾਕੀਆਂ ਔਰ ਇਹ ਬੇ ਨੀਮੀਆ ਔਰ ਕੇਂਦਰ ਸਰਕਾਰ ਪੰਜਾਬ ਦੇ ਪ੍ਰਤੀ ਕਰ ਰਿਹਾ ਔਰ ਉਹਨਾਂ ਨੂੰ ਟੱਕਣ ਵਾਸਤੇ ਇਹ ਕਿਤਨਾ ਕਿਤੇ ਝੂਠੇ ਵਕੀਲ ਬਣ ਕੇ ਕੇਂਦਰ ਸਰਕਾਰ ਦੇ ਸੁਖਬੀਰ ਬਾਦਲ ਜੀ ਵੀ ਜਿਹੜੇ ਆ ਉਹ ਨਾਲ ਆ ਰਹੇ ਆ ਮੈਂ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਬਈ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹਦੀ ਕੀ ਸਥਾਪਨਾ 1974 ਦੇ ਵਿੱਚ ਹੋਈ ਉਸ ਦੇ ਤਹਿਤ ਜਿਹੜਾ ਚੇਅਰਮੈਨ ਹੈ ਉਹ ਨੈਸ਼ਨਲ ਪੱਧਰ ਤੇ ਕਿਤੇ ਵੀ ਲੱਗ ਸਕਦਾ ਹੈ ਲੇਕਿਨ ਮੈਂਬਰ ਇਰੀਗੇਸ਼ਨ ਐਂਡ ਮੈਂਬਰ ਪਾਵਰ ਇਹ ਪੰਜਾਬ ਔਰ ਹਰਿਆਣਾ ਦੇ ਵਿੱਚ ਦੀ ਡਿਵੀਜ਼ਨ ਹੈ ਹੁਣ ਕਿਉਂਕਿ ਕੇਂਦਰ ਸਰਕਾਰ ਪੂਰੇ ਦੇਸ਼ ਦੀਆਂ ਸਾਰੀਆਂ ਕੰਪਨੀਆਂ ਤੇ ਸਾਰੀਆਂ ਚੀਜ਼ਾਂ ਨੂੰ ਵੇਚਣ ਤੇ ਲੱਗੀਆਂ ਹੋਈਆਂ ਔਰ ਭਾਖੜਾ ਬਿਆਸ ਮੈਨੇਜਮੈਂਟ ਬڑا ਬੋਰਡ ਹੈ ਇਹਨੂੰ ਵੱਡੇ ਘਰਾਣਿਆਂ ਨੂੰ ਵੇਚਣ ਦੀ ਤਿਆਰੀ ਚਾ ਇਸੇ ਲਈ ਉਹਨਾਂ ਨੇ ਇਹਨਾਂ ਨੀਮਾਂ ਦੇ ਵਿੱਚ ਬਦਲਾਅ ਕਰਕੇ ਉਹ ਨਿਯਮ ਲੈ ਕੇ ਆਏ ਕਿ ਜਿਹਦੇ ਵਿੱਚ ਪੰਜਾਬ ਦਾ ਕੋਈ ਵੀ ਨਮਾਇੰਦਾ ਉਹ एलिजिबल ਨਾ ਹੋ ਸਕਿਆ। ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਹਦੇ ਵਿੱਚ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੀਆਂ। ਕੀ ਉਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਇਹ ਜੋ ਕੁਝ ਕੇਂਦਰ ਸਰਕਾਰ ਕਰ ਰਿਹਾ ਹੈ ਉਹ ਪੰਜਾਬ ਦੇ ਨਾਲ ਧਰੋ ਨਹੀਂ ਪੰਜਾਬ ਨਾਲ ਦੁਸ਼ਮਣੀ ਹੈ। ਪੰਜਾਬ ਨਾਲ ਨਫ਼ਰਤ ਹੈ ਉਹ ਕੇਂਦਰ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ। ਉਹ ਅਸੀਂ ਸਿੱਧੇ ਤੌਰ ਦੇ ਉੱਪਰ ਇਹ ਕਾਂਗਰਸ ਪਾਰਟੀ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਝਾਏ ਤੇ ਸੁਖਬੀਰ ਸਿੰਘ ਬਾਦਲ ਤੇ ਦੂਸਰੀ ਪਾਰਟੀਆਂ ਦੇ ਲੋਕ ਜਿਹੜੇ ਕਾਂਗਰਸ ਪਾਰਟੀ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂ ਪੰਜਾਬ ਸਰਕਾਰ ਤੇ ਜਿਹੜੀਆਂ ਟਿੱਪਣੀਆਂ ਕਰ ਰਿਹਾ ਇਸ ਤੋਂ ਬਾਹ ਜਾਣਾ ਚਾਹੀਦਾ ਇਹ ਮੈਂ ਦੋ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਇੱਕ ਤੇ ਬਈ ਇੱਕ ਲੈਟਰ ਜਿਹੜੀ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਆ ਹੋਮ ਦੇਸ਼ ਦੇ ਹੋਮ ਮਿਨਿਸਟਰ ਨੂੰ ਲਿਖੀ ਹੈ ਅਮਿਤ ਸ਼ਾਹ ਜੀ ਨੂੰ ਕਿ ਅਸੀਂ ਆ ਜਿਹੜੇ ਪੰਜਾਬ ਦੇ ਮਾਮਲਿਆਂ ਦੇ ਉੱਪਰ ਭਗ ਦੇ ਮਾਮਲਿਆਂ ਦੇ ਉੱਪਰ ਟਾਈਮ ਲੈਣਾ ਚਾਹਨੇ ਅਜੇ ਤੱਕ ਉਹਨਾਂ ਨੇ ਟਾਈਮ ਨਹੀਂ ਦਿੱਤਾ ਦੂਸਰੀ ਗੱਲ ਮੈਂ ਕਹਾਂ ਜਿੱਥੋਂ ਤੱਕ ਸਵਾਲ ਸਿਸਕੋ ਦਾ ਔਰ ਮੈਨੂੰ ਹੈਰਾਨ ਕੀ ਸਿੱਟਕੋ ਦੇ ਮਾਮਲੇ ਦੇ ਅੰਦਰ ਇਹ ਕਹਿ ਰਿਹਾ ਹੈ ਕਿ ਸਾਨੂੰ ਅਸੀਂ ਪੈਨਲ 8 ਮਹੀਨਿਆਂ ਤੋਂ ਮੰਗ ਰਹੇ ਹਾਂ ਮੈਂ ਤੁਹਾਡੇ ਧਿਆਨ ਚ ਲੈ ਆਵਾਂ ਕਿ ਉਹ 5 ਮਾਰਚ ਨੂੰ ਇਹ ਟਾਈਮ ਪੂਰਾ ਹੋ ਗਿਆ ਜਿਸ ਵਕਤ ਇਲੈਕਸ਼ਨ ਦਾ ਕੋਡ ਲੱਗਾ ਹੋਇਆ ਜਿਸ ਵਕਤ ਕਿ ਸਾਰਾ ਪੰਜਾਬ ਇਲੈਕਸ਼ਨ ਮੋੜ ਦੇ ਵਿੱਚ ਹੈ ਉਸ ਵਕਤ ਇਹਦਾ ਨਜਾਇਜ਼ ਫਾਇਦਾ ਉਠਾ ਕੇ ਤੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਤੇ ਡਾਕਾ ਮਾਰਿਆ ਹੈ ਔਰ ਮੈਨੂੰ ਭਾਪੀ ਦੇ ਦਿਮਾਗ ਦੀ ਸਮਝ ਨਹੀਂ ਲੱਗਦੀ ਕਿ ਕੀ ਉਹਨਾਂ ਦਾ ਇਲਾਜ ਅੰਮ੍ਰਿਤਸਰ ਦੇ ਪਾਗਲਖਾਨੇ ਤੋਂ ਕਰਾਈਏ ਜਾਂ ਆਗਰੇ ਤੋਂ ਕਹਿੰਦੇ ਆਗਰੇ ਦਾ ਬੰਦ ਹੋ ਗਿਆ ਕੋਈ ਗੱਲ ਨਹੀਂ ਲੇਕਿਨ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣਾ ਚਾਹੁੰਦਾ ਭਈ ਇੱਕ ਗੱਲ ਬੜੀ ਸਪਸ਼ਟ ਆ ਮੰਨ ਲਓ ਕਿ ਇਹ ਕੋਡ ਲੱਗਾ ਹੋਇਆ ਇੱਥੇ ਉਹਦਾ ਪੈਨਲ ਨਹੀਂ ਗਿਆ ਜਦਕਿ ਕੱਲ ਖਤਮ ਹੋਇਆ ਅੱਜ 6 ਤਰੀਕ ਹੈ 5 ਜਨਵਰੀ ਤੱਕ ਉਹਦਾ ਟਾਈਮ ਸੀ ਕੀ ਉਹ 5 ਦਿਨ ਹੋਰ ਵੇਟ ਨਹੀਂ ਕਰ ਸਕਦੇ ਸੀ ਕੀ ਉਹ 5 ਦਿਨ ਲਈ ਇਹਨੂੰ ਹੋਰ ਵਧਾਇਆ ਨਹੀਂ ਜਾ ਸਕਦਾ ਕਹਿੰਦੇ ਪੈਨਲ ਨਹੀਂ ਭੇਜਿਆ ਬਈ ਅਸੀਂ ਪੈਨਲ ਕਦ ਲਈ ਭੇਜਣਾ ਭਾਈ ਸਾਡੇ ਦੇ ਅਫਸਰ ਲੱਗਾ ਆ ਉੱਥੇ ਸਾਡੇ ਦੇ ਐਮ ਡੀ ਲੱਗਾ ਆ ਉੱਥੇ ਤੇ ਪੈਨਲ ਕੀ ਚੀਜ਼ ਦਾ ਭੇਜਣਾ ਮੈਂ ਇਸ ਲਈ ਬਾਹਰ ਸਪਸ਼ਟ ਤੌਰ ਤੇ ਕਹਿਣਾ ਚਾਹਨਾ ਕਿ ਕੇਂਦਰ ਦੀ ਸਰਕਾਰ ਦੀ ਨੀਅਤ ਪੰਜਾਬ ਦੇ ਲੋਕਾਂ ਕੋ ਦੁਸ਼ਮਣੀ ਲੈਣਾ ਹੈ ਲੇਕਿਨ ਪੰਜਾਬ ਦੇ ਲੋਕ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ ਔਰ ਹਮੇਸ਼ਾ ਹੀ ਕੇਂਦਰ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਔਰ ਉਹ ਕਿਸਾਨਾਂ ਦੇ ਮੁੱਦਿਆਂ ਦੇ ਉੱਪਰ ਜਿਸ ਤਰ੍ਹਾਂ ਕੇਂਦਰ ਨੂੰ ਆਪਣੇ ਕਾਨੂੰਨ ਵਾਪਸ ਲੈਣੇ ਪਏ ਆ ਉਹਨਾਂ ਨੂੰ ਕਿਸਾਨਾਂ ਅਗੇ ਝੁਟਰੇ ਟਿਕਨੇ ਪਏ ਆ ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਦੀ ਇਹ ਜਿਹੜੀ ਮੋਗਾ ਰੈਲੀ ਹੈ ਉਹ ਫੇਲ ਹੋਈ ਜਿੱਥੇ 70000 ਕੁਰਸੀਆਂ ਲਗਾਈਆਂ 700 ਬੰਦਾ ਨਹੀਂ ਪਹੁੰਚਿਆ ਤੇ ਉਹਦਾ ਦੁਸ਼ਮਨੀ ਤੇ ਉਹਦਾ ਠਿਕਰਾ ਕਾਂਗਰਸ ਦੇ ਉੱਪਰ ਜਾਂ ਪੰਜਾਬ ਦੇ ਨਾਲ ਨਫ਼ਰਤ ਕਰਨੀ ਅਸੀਂ ਕਹਿੰਦੇ ਸਾਡੇ ਨਾਲ ਨਫ਼ਰਤ ਕਰ ਲੋ ਕਾਂਗਰਸ ਪਾਰਟੀ ਨਾਲ ਨਫ਼ਰਤ ਕਰ ਲੋ ਸਾਨੂੰ ਸਜ਼ਾ ਦਿਓ ਜੋ ਦੇਣੀ ਹੈ ਲੇਕਿਨ ਪੰਜਾਬ ਦੇ ਲੋਕਾਂ ਦੇ ਨਾਲ ਕੀ ਦੁਸ਼ਮਣੀ ਹੈ ਪੰਜਾਬ ਦੇ ਹਿੱਤਾਂ ਦੇ ਨਾਲ ਖਲਵਾੜ ਕਿਉਂ ਇਹ ਪੰਜਾਬ ਦੇ ਲੋਕ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਇਸੇ ਲਈ ਅਸੀਂ ਇਹ ਬੜਾ ਸਪਸ਼ਟ ਕਹਿਣਾ ਚਾਹੁੰਦੇ ਹਾਂ ਕਿ ਕਾਂਗਰਸ ਦੀ ਸਰਕਾਰ ਸਰਦਾਰ ਚਰਨਜੀਤ ਸਿੰਘ ਦੀ ਅਗਵਾਈ ਦੇ ਅੰਦਰ ਅਸੀਂ ਬਾਰ-ਬਾਰ ਇਹਨਾਂ ਮੁੱਦਿਆਂ ਨੂੰ ਉਠਾਇਆ ਹੈ ਔਰ ਅਸੀਂ ਹੁਣ ਵੀ ਇਹਦੇ ਵਾਸਤੇ ਕੈਬਨਿਟ ਦੀ ਮੀਟਿੰਗ ਸਦਨਾਚਾਰੇ ਸੀ ਅਸੀਂ ਇਹਨਾਂ ਇਸ਼ੂ ਜਿਹੜੇ ਤਿੰਨ ਹੈ ਚਾਹੇ ਸਿਟਕੋ ਦਾ ਮਾਮਲਾ ਹੈ ਚਾਹੇ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਹੈ ਚਾਹੇ ਉਹਦੇ ਨਾਲ ਇਹ ਜਿਹੜੇ ਫਸੇ ਸਾਡੇ ਸਾਥੀ ਹੈ ਵਿਦੇਸ਼ਾਂ ਦੇ ਅੰਦਰ ਉਹਨਾਂ ਨੂੰ ਬਾਹਰ ਲਿਆਉਂਦਾ ਮਾਮਲਾ ਹੈ ਅਸੀਂ ਤੇ ਕਹਿ ਰਹੇ ਹਾਂ ਕਿ ਭਾਈ ਅਸੀਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕਰ ਰਹੇ ਹਾਂ ਔਰ ਅਸੀਂ ਇੱਥੇ ਮੀਟਿੰਗ ਕਰਨਾ ਚਾਹ ਰਹੇ ਹਾਂ ਇੱਥੇ ਵਿਚਾਰ ਕਰਨਾ ਚਾਹ ਰਹੇ ਹਾਂ ਲੇਕਿਨ ਸਾਨੂੰ ਉਸਦੀ ਵੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਕੇਂਦਰ ਸਰਕਾਰ ਦਾ ਇਹ ਦਬਾਅ ਹੈ ਜਦੋਂ ਕਿ ਅਜੇ ਕੋਈ ਨਵੀਂ ਸਰਕਾਰ ਆਈ ਨਹੀਂ ਇਹ ਚੁਣੀ ਹੋਈ ਸਰਕਾਰ ਅਜ ਵੀ ਇਹ ਵਰਕਿੰਗ ਦੇ ਵਿੱਚ ਆ ਔਰ ਪੰਜਾਬ ਦੇ ਮਸਲਿਆਂ ਤੇ ਗੱਲ ਕਰਨਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਔਰ ਅਸੀਂ ਆਪਣੇ ਫਰਜ਼ਾਂ ਦੀ ਅਦਾਗੀ ਕਰਦੇ ਰਵਾਂਗੇ ਔਰ ਇਹਦੇ ਵਾਸਤੇ ਮੈਂ ਸਪਸ਼ਟ तौर ਦੇ ਉੱਪਰ ਇੱਕ ਕਸੂਰوار ਗਿੰਦੇ ਆ ਕਿ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਸੁਖਬੀਰ ਬਾਦਲ ਜਿਹੜੇ ਉਹਦੀ ਦਲਾਲੀ ਕਰ ਰਿਹਾ ਜਿਹੜੇ ਦੁਬਾਰਾ ਉਹਨਾਂ ਨਾਲ ਗੱਠ ਜੋੜ ਕਰਨਾ ਚਾਹੁੰਦੇ ਆ ਉਹ ਜ਼ਿੰਮੇਵਾਰ ਆ ਔਰ ਕਾਂਗਰਸ ਪਾਰਟੀ ਦੀ ਨiyet ਬਿਲਕੁਲ ਸਾਫ ਹੈ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੇ ਆ ਔਰ ਕਰਦੇ ਰਾਂਗੇ ਉਹਨਾਂ ਨੂੰ ਕਿੱਥੇ ਲਗਾ ਲੈਣਾ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਵੀ ਮੌਜੂਦ ਹੈ ਸਾਰੇ ਜਾਣਦੇ ਨੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਬਾਰੇ ਰੌਲਾ ਪਾਉਂਦੇ ਰਹੇ ਨੇ ਪਹਿਲਾਂ ਹਾਂ ਾਰੇ ਉਹਨਾਂ ਸਿਆਸੀ ਸਲਾਹਕਾਰ ਨੇ ਵੀ ਜਿਹੜੀ ਇੱਕ ਬੜੀ ਲੰਬੀ ਚੌੜੀ ਇੰਟਰਵਿਊ ਦੇ ਵਿੱਚ ਕਿਹਾ ਕਿ ਆਸਟ੍ਰੇਟਿਕ ਜਿਹੜੀ ਹੈ ਕਾਂਗਰਸ ਦੀ ਜ਼ਿਆਦਾ ਹੋਣੀ ਹੈ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕਾਂਗਰਸ ਦੇ ਅੰਦਰ ਕੋਈ ਬਕਾਊ ਮਾਲ ਨਹੀਂ ਹੈਗਾ ਭਾਈ ਇਹ ਦੁਨੀਆਂ ਪਾਲਦੇ ਆ ਬਕਾਊ ਮਾਲ ਆਪਾਂ ਸਾਰੇ ਜਾਣਦੇ ਆ ਕਿ ਕਹੀਂ ਕੀ ਇੱਟ ਕਹੀਂ ਕਾ ਰੋੜਾ ਬਾਂਗਮਤੀ ਨੇ ਕੁਨਮਾ ਜੋੜਾ ਆਲੇ ਇਧਰੋਂ ਤੋਂ ਫੜਫੜ ਕੇ ਜਿਨ੍ਹਾਂ ਨੇ ਇਕੱਠੇ ਕੀਤੇ ਆ ਨਾ ਉਹਨਾਂ ਨੂੰ ਡਰ ਹੈ ਕਾਂਗਰਸ ਦਾ ਪਿਓਰ ਦੇਸੀ ਕਿਉ ਹੈ ਪਿਓਰ ਖਾਲਸ ਸੋਨਾ ਤੇ ਪਿਓਰ ਪਵਿੱਤਰ ਲੋਕ ਆ ਇਹ ਨਾ ਕਦੀ ਭੱਜਿਆ ਨਾ ਭੱਜਣ